मेरे ख्याल ना पहले तुसी होने जे सरपंच जिन्हां ने कि कच्चे मकानां नूं पक्के बना के दित्ता नहीं ते किसे ने नहीं बनाए पहले तुसी जे पहले सरपंच जे तुसी बाकी भी काफ़ी एक दो है ने उन्होंने मैनूं कहा सरपंच साहब साडे मकानां बारे सोचियो मैं रंधावा साहब नूं भी बेनती की और उन्होंने फाइल भी भरी है मैनूं आशा कि छेती हो जाएगा तो मैं उन्होंने भी करवा ठीक है बाकी दूजी सब तो पहले पिंड के सरपंच मेरे ताया जी अच्छा जी कांग्रसी सरपंच ने उन्होंने भी सरदार संतोख सिंह ने बनाया अच्छा जी उन्होंने वेले दियाँ लगिया इटा बाकी आने वाले सरपंच जोड़े उ बदले कर ले उन्होंने पुठिया सीधिया करके ला मतलब कि गलियां जड़ियां ने टोटल वो भी सारिया बनिया ने अपनी वो भी सारिया मतलब हूँ मैं बनाई वो तुम अपने सरपंची के दौरान बनाई है नालियां जड़ियां सर तो वो उच्चिया की भी बिल्कुल तुम्हें अपने के सीवरेज पे नहीं सीवरेज नहीं उच्चियां की उच्चियां की थी हां जी माने तो ये पिंड जो आए ही इधर हां जी हां जी आगे नहीं देखे हां जी हां जी कितनी कोई भी ऐसी चीज आती कि जेडी नहीं पानी खलोन वाली होवे हां जी हां जी बिल्कुल मैं ना ये पिंड से घूमी है तो मेरे पिंड के जेडे बुजुर्ग ने वो मुझे मिलते ने तो कहते ने भी जामल सिंह ये 47 की लड़ाई तो बाद अही आ फलानी गली बनने वाली देखी देखी जेडी तुम्हें हुण ओ ओ भी जो मतलब कि देश जात होया उदो तो अज तक गली बनी नहीं तो वह तुम बनवाई हो कुछ गलियां हाँ दो गलियां जड़िया अज तक बनिया ने तुम बनवाइया ने वो खुश होते हैं मैं कहते हैं भी ठीक है पुत्रा तेरा भाव है जो तू सू लंघन के लायक कर देता जेडे बाकी मतलब सरपंच आते रहे ਉਹ ਫਿਰ ਪੇਟੂ ਸਰਕਾਰ ਵਾਲੇ ਹੀ ਕੰਮ ਹੁੰਦੇ ਰਹੇ ਬਸ ਉਹ ਹੀ ਟੁੱਟਾ ਨਾਲੀ ਦਾ ਬਣਾਤਾ ਜਾਂ ਉਹ ਹੀ ਇੱਟਾਂ ਪੁੱਠੀਆਂ ਸਿੱਧੀਆਂ ਕੀਤੀਆਂ ਉਹ ਇੱਟਾਂ ਨਹੀਂ ਲੱਗੀਆਂ ਮੇਰੇ ਹੁਣ ਚਾਰ ਸਪੇਰੇ ਤੁਸੀਂ ਘੁੰਮ ਕੇ ਦੇਖ ਲਓ ਸਾਰੀ ਲੋਕ ਹੈ ਟੋਟਲ ਲੋਕ ਹੈ
ਅਤੇ ਬਾਕੀ ਰਹੀ ਮੇਰੇ ਹੁਣ ਜਿੱਦਾਂ ਆਂਗਣਵਾੜੀ ਸੈਂਟਰ ਸਾਡੇ ਨੇ ਉਹ ਵੀ ਸ਼ੁਰੂ ਹੈ ਬਣ ਰਿਹਾ ਅਤੇ ਉਹਦੀ ਬਿਲਡਿੰਗ ਅਲੱਗ ਬਣ ਰਹੀ ਅਲੱਗ ਬਣ ਵੈਰੀ ਗੁੱਡ ਸਰ ਵੈਰੀ ਗੁੱਡ ਕਿਉਂਕਿ ਬੱਚੇ ਆਂਗਣਵਾੜੀ ਦੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਅਤੇ ਉਹਨਾਂ ਨੂੰ ਕੀ ਪਤਾ ਕਿ ਅਸੀਂ ਕਿੱਥੇ ਬੈਠਣਾ ਅਤੇ ਉਹਨਾਂ ਨੂੰ ਜਿੱਥੇ ਆਪਾਂ ਪਾ ਦਾਂਗੇ ਉਹਨਾਂ ਉੱਥੇ ਬੈਠ ਜਾਣਾ ਅਤੇ ਜੇਕਰ ਉਹਨਾਂ ਨੂੰ ਪਤਾ ਹੋਏਗਾ ਕਿ ਸਾਡੀ ਇਹ ਬਿਲਡਿੰਗ ਆ ਆਹ ਸਾਡੀ ਕਲਾਸ ਆ ਅਸੀਂ ਇੱਥੇ ਜਾ ਕੇ ਬੈਠਣਾ ਉਹ ਉੱਥੇ ਹੀ ਜਾ ਕੇ ਬੈਠਣਗੇ ਸਾਡਾ ਬੱਚੇ ਜਿਹੜੇ ਹੁੰਦੇ ਨੇ ਸਾਡਾ ਆਉਣ ਵਾਲਾ ਦੇਸ਼ ਦਾ ਫਿਊਚਰ ਹੈ ਬਿਲਕੁਲ ਬਿਲਕੁਲ ਜਿਵੇਂ ਹੁਣ ਆਪਾਂ ਕੋਈ ਮਕਾਨ ਬਣਾਉਣਾ ਵਧੀਆ ਜਿਹਾ ਨੀਂਹ ਪੱਥਰ ਜਿੰਨੀਆਂ ਮਰਜ਼ੀ ਬਿਲਡਿੰਗਾਂ ਉੱਤੇ ਉਹੀ ਬੱਚਿਆਂ ਦਾ ਸਾਡਾ ਹੁਣ ਨੀਂਹ ਪੱਥਰ ਪਤਾ ਨਹੀਂ ਸਾਰੇ ਇਹਨਾਂ ਬੱਚਿਆਂ ਤੋਂ ਕਿਤੇ ਕਿਹੜੇ ਬੱਚੇ ਨੇ ਕੋਈ ਅਫਸਰ ਬਣ ਜਾਣਾ ਕਿਸੇ ਨੇ ਕੀ ਪਤਾ ਕੀ ਲੱਗ ਜਾਣਾ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਇਹ ਬੱਚੇ ਜਿਹੜੇ ਨੇ ਸਾਡਾ ਭਵਿੱਖ ਨੇ ਫਿਊਚਰ ਆ ਭਵਿੱਖ ਨੇ ਸਾਡਾ ਭਵਿੱਖ ਨੇ ਸਾਡਾ ਇਹਨਾਂ ਦਾ ਹੀ ਅਸੀਂ ਥੋੜ੍ਹਾ ਜਿਹਾ ਧਿਆਨ ਰੱਖਾਂਗੇ ਬੱਚੇ ਗਾਂ ਵਧਣਗੇ ਵਧਣਗੇ ਬਾਹਰ ਜਾਣਗੇ ਭਰਤੀ ਹੋਣਗੇ ਪਿੰਡ ਦੇ ਉਹ ਪਿੰਡ ਦਾ ਖਿਆਲ ਰੱਖਣਗੇ ਪਿੰਡ ਦਾ ਹੀ ਖਿਆਲ ਉਹ ਪਿੰਡ ਦਾ ਹੀ ਖਿਆਲ ਰੱਖਣਗੇ ਆਪਣੇ ਪਿੰਡ ਬਾਰੇ ਜ਼ਰੂਰ ਸੋਚਣਗੇ ਇਹੋ ਜਿਹੀ ਗੱਲ ਤਾਂ ਨਹੀਂ ਕਿ ਨਹੀਂ ਸੋਚਣਗੇ ਜ਼ਰੂਰ ਸੋਚਣਗੇ ਪਿੰਡ ਬਾਰੇ ਤਾਂ ਸੋਚਣਗੇ ਹੀ ਨਾ ਬਿਲਕੁਲ ਬਿਲਕੁਲ ਫਿਰ ਇੱਕ ਵਾਰੀ ਰੰਧਾਵਾ ਸਾਹਿਬ ਆਏ ਹਨ ਇੱਥੇ ਅੱਛਾ ਜੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਰੰਧਾਵਾ ਸਾਹਿਬ ਮੇਰੇ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਕੰਡੀਸ਼ਨ ਮਾੜੀ ਅੱਛਾ ਜੀ ਇੱਕ ਛੱਤ ਬਿਲਕੁਲ ਟੁੱਟਣ ਵਾਲੀ ਹੈ ਅੱਛਾ ਜੀ ਇੰਨੀ ਕੁ ਬੇਨਤੀ ਕਰਨ 'ਤੇ ਰੰਧਾਵਾ ਸਾਹਿਬ ਨੇ ਮੈਨੂੰ ਇੱਕ ਪੂਰੇ ਕਮਰਾ ਹੀ ਵੱਖਰਾ ਦੇ ਦਿੱਤਾ ਬਣਾਉਣ ਵਾਸਤੇ ਅੱਛਾ ਜੀ ਉਹਦਾ ਵੀ ਨੀਂਹ ਪੱਥਰ ਆਪਾਂ ਕੱਲ੍ਹ ਪਰਸੋਂ ਨੀਂਹ ਪੱਥਰ ਆਂਗਣਵਾੜੀ ਦਾ ਰੱਖਿਆ ਔਰ ਉਹ ਜਿਹੜਾ ਵੱਖਰਾ ਰੂਮ ਹੈ ਪੂਰਾ ਵਿਦ ਫਰਨੀਚਰ ਰੰਧਾਵਾ ਸਾਹਿਬ ਦੀ ਸੋਚਦੇ ਨੇ ਅਤੇ ਤੁਸੀਂ ਵੀ ਉਹਨਾਂ ਨੂੰ ਦੱਸਿਆ ਅਤੇ ਫਿਰ ਹੀ ਉਹਨਾਂ ਦੀ ਨੌਲੇਜ 'ਚ ਗੱਲ ਆਈ ਜੇ ਤੁਸੀਂ ਨਾ ਦੱਸਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ ਅਤੇ ਤੁਸੀਂ ਉਹਨਾਂ ਨੂੰ ਦੱਸ ਕੇ ਅਤੇ ਗਰਾਂਟ ਲਈ ਅਤੇ ਬੱਚਿਆਂ ਨੂੰ ਕਮਰਾ ਬਣਾ ਕੇ ਦਿੱਤਾ ਅਤੇ ਨਾਲ ਉਹਨਾਂ ਨੂੰ ਫਰਨੀਚਰ ਬਣਾ ਕੇ ਦਿੱਤਾ ਉੱਚਾ ਉਹ ਵੀ ਮੈਂ ਰੰਧਾਵਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਦੋ ਸੀਵਰੇਜ ਵਾ ਕੇ ਕੁਛ ਉਹਨਾਂ ਕਿਹਾ ਕਿ ਠੀਕ ਹੈ ਤੈਨੂੰ ਜ਼ਰੂਰ ਮਿਲੇਗਾ ਇਸ ਕਰਕੇ ਅਸੀਂ ਅੱਧੇ ਪਿੰਡ ਦਾ ਮੈਨੂੰ 10-15 ਪੂਰਾ ਨਾਲਾ ਆ ਵਧੀਆ ਨਾਲਾ ਬਣਾ ਕੇ ਉਹ ਛੱਪੜ ਤੱਕ ਪਾਣੀ ਕੱਢਦਾ ਸੀਵਰੇਜ ਅੱਛਾ ਉਹ ਵੱਡੇ ਛੱਪੜ 'ਚ ਕੱਢਦਾ ਵੱਡੇ ਛੱਪੜ 'ਚ ਗੰਦੇ ਨਾਲੇ ਦੀ ਕੋਈ ਮਤਲਬ 10-15 ਘਰਾਂ ਦਾ ਪਾਣੀ ਜਿਹੜਾ ਉਹੀ ਸਿਰਫ ਜਾਂਦਾ ਇਹ ਛੋਟੇ ਛੱਪੜ 'ਚ ਬਾਕੀ ਜਿਹੜਾ ਸਾਰਾ ਉਹ ਵੱਡੇ ਛੱਪੜ 'ਚ ਜਾ ਰਿਹਾ ਮਤਲਬ ਕਿ ਇਹ ਨਹੀਂ ਕਿ ਨਾਲੀਆਂ ਦੇ ਵਿੱਚੋਂ ਜਾਂ ਛੱਪੜ ਦੇ ਵਿੱਚੋਂ ਓਵਰ ਫਲੋ ਹੋ ਗਏ ਅਤੇ ਪਾਣੀ ਅਤੇ ਸੜਕ ਆਪਣਾ ਗਲੀਆਂ 'ਚ ਜਾਂ ਸੜਕ 'ਤੇ ਆ ਕੇ ਖੜੋਏ ਇਹੋ ਜਿਹਾ ਬਿਲਕੁਲ ਬਿਲਕੁਲ ਗੱਲ ਹੋਈ ਗੱਲ
ਜਿੰਨੇ ਲੈਣੇ ਆ ਲੈ, ਲਾਈ ਜਾ ਤੇ ਲਈ ਜਾ, ਲਾਈ ਜਾ ਤੇ ਲਈ ਜਾ। ਬਸ ਇਹੀ ਗੱਲ ਸਾਰਿਆਂ ਨੂੰ, ਮੈਂ ਨਾ ਉਹ ਕਿਹਨੂੰ ਨਾ ਨਹੀਂ ਕਰਦੇ ਕਿਸੇ ਨੂੰ। ਫਿਰ ਸਭ ਤੋਂ ਵੱਡੀ ਗੱਲ ਕਿਹਾ ਉਹ ਵੀ ਨਾਲ ਜੋੜਦਾ ਬੇਨਤੀ ਕੀਤੀ। ਵਾਟਰ ਸਪਲਾਈ ਦਾ ਸਰ ਇਸ ਤਰ੍ਹਾਂ ਦੇ ਕਿ ਅੱਜ ਤੋਂ ਕੋਈ 6-7 ਸਾਲ ਪਹਿਲਾਂ ਟਾਂਚੀ ਮਤਲਬ ਸਾਡੀ ਜਿਹੜੀ ਕੰਡੀਸ਼ਨ ਖਰਾਬ ਸੀ। ਅੱਛਾ, ਹੁਣ ਮੈਨੂੰ ਫਿਰ ਆਪਾਂ ਐਕਸ਼ਨ ਸਾਹਿਬ ਨੂੰ ਬੇਨਤੀ ਕੀਤੀ ਹੈ ਤੇ ਮੈਨੂੰ ਸਰਪੰਚ ਬਣਾਇਆ ਤੇ ਮੈਂ ਤੁਹਾਡੇ ਜੋ ਕੁਛ ਮੈਨੂੰ ਡਿਊਟੀਆਂ ਦਿੱਤੀਆਂ ਸੀ ਮੈਂ ਉਹਨਾਂ ਡਿਊਟੀਆਂ ਦੇ ਖਾਖਰਾ ਉਤਰਿਆ ਵਾਂ।
ਆਉਣ ਵਾਲੇ ਸਮੇਂ 'ਚ ਵੀ ਰੰਧਾਵਾ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜੋ ਤੁਸੀਂ ਸਾਨੂੰ ਡਿਊਟੀਆਂ ਦਿਓਗੇ ਉਹਨਾਂ ਡਿਊਟੀਆਂ 'ਤੇ ਅਸੀਂ ਖਰੀਦ ਕਰਾਂਗੇ ਅਤੇ ਬਾਕੀ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਆਪਣਾ ਅਤੇ ਸਾਡੇ ਕੋਲ ਆਏ ਸਾਰੇ ਪਿੰਡ ਬਾਰੇ ਦੇਖਿਆ ਆ ਚਲੋ ਇਸ ਤਰ੍ਹਾਂ ਹੀ ਆਉਂਦੇ ਜਾਂਦੇ ਰਹਿਣ ਜਿੱਦਾਂ ਸਾਨੂੰ ਵੀ ਕਈਆਂ ਗੱਲਾਂ ਦਾ ਨਹੀਂ ਪਤਾ ਜਿਹੜੇ ਤੁਸੀਂ ਦੱਸੀਆਂ ਤੁਹਾਡੇ ਚੈਨਲਾਂ ਹੀ ਦੱਸੀਆਂ ਸਾਨੂੰ ਉਹਨਾਂ ਬਾਰੇ ਪਤਾ ਲੱਗਾ ਜਿਹੜੇ ਰਹਿੰਦੇ ਕੰਮ ਅਧੂਰੇ ਕੰਮ ਆਪਾਂ ਰੰਧਾਵਾ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦਾ ਗ੍ਰਾਂਟ ਦਿਓ ਅਤੇ ਅਸੀਂ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਕਰਾਂਗੇ ਠੀਕ ਹੈ ਥੈਂਕ ਯੂ ਸਰ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਵਕਤ ਅਸੀਂ ਪਿੰਡ ਮਹਿਤਾ ਵਿਖੇ ਜਿਹੜਾ ਕਿ ਪਿੰਡ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਹੈ ਅਸੀਂ ਉੱਥੋਂ ਦੇ ਸਰਪੰਚ ਸਰਦਾਰ ਜਗਜੀਤ ਸਿੰਘ ਜੀ ਜੈਮਲ ਜਿਹੜੇ ਕਿ ਆਪਣੇ ਸਾਬਕਾ ਨਹੀਂ ਮੁੱਖ ਆਪਣੇ ਮੌਜੂਦਾ ਸਰਪੰਚ ਨੇ ਅਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਅਤੇ ਜਿਹੜਾ ਕਿ ਅਧੂਰਾ ਹੋਵੇ ਸਾਰੇ ਹੀ ਟੋਟਲ ਜਿਹੜੇ ਇਹਨਾਂ ਦੇ ਪਿੰਡ ਦੇ ਕੰਮ ਨੇ ਉਹ ਸਾਰੇ ਹੀ ਓਕੇ ਨੇ ਸਾਰੇ ਹੋ ਚੁੱਕੇ ਨੇ ਅਤੇ ਜਿਹੜੇ ਇੱਕ ਦੋ ਕੰਮ ਰਹਿੰਦੇ ਨੇ ਉਹ ਇਹਨਾਂ ਨੇ ਆਪਣੇ ਐੱਮ ਐੱਲ ਏ ਸਾਹਿਬ ਦੀ ਨੌਲੇਜ ਲਿਆਂਦੇ ਨੇ ਆਪਣੇ ਸਰਦਾਰ ਕੈਪਟਨ ਜਿਹੜੇ ਆਪਣੇ ਕੈਬਨਿਟ ਮੰਤਰੀ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜੀ ਦੀ ਨੌਲੇਜ ਹੈ ਉਹ ਹੈ ਨੇ ਕੰਮ ਅਤੇ ਉਹਨਾਂ ਨੇ ਜਲਦੀ ਹੀ ਉਹ ਵੀ ਹੋ ਜਾਣਗੇ ਅਤੇ ਇਹਨਾਂ ਦਾ ਜਿਹੜਾ ਪਿੰਡ ਹੈ ਇੱਕ ਸਮਾਰਟ ਵਿਲੇਜ ਦੇ ਵਿੱਚ ਪਿੰਡ ਇਹਨਾਂ ਦਾ ਆ ਰਿਹਾ ਹੈ ਅਤੇ ਇਹ ਆਉਣਾ ਵੀ ਚਾਹੀਦਾ ਹੈ ਕਿਉਂਕਿ ਇਹ ਪਿੰਡ ਜਿਹੜਾ ਹੈ ਬਿਲਕੁਲ ਇੱਕ ਕਿਸੇ ਵੀ ਪੱਖੋਂ ਨਹੀਂ ਇਹ ਕੋਈ ਹੈਗਾ ਕਿ ਕੋਈ ਕੰਮ ਹੋਣ ਵਾਲਾ ਹੋਵੇ ਇਸ ਪਿੰਡ ਦਾ ਕੋਈ ਐਸਾ ਕੰਮ ਨਹੀਂ ਹੈ ਕਿ ਜਿਹੜਾ ਨਹੀਂ ਹੋਣ ਵਾਲਾ ਇਹਨਾਂ ਨੇ ਕਮਰੇ ਜਿਹੜੇ ਨੇ ਉਹ ਵੀ ਇਹਨਾਂ ਪੰਚਾਇਤ ਵੱਲੋਂ ਆਪਣੇ ਰੰਧਾਵਾ ਸਾਹਿਬ ਨੂੰ ਦੱਸ ਕੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਦੱਸ ਕੇ ਅਤੇ ਸਕੂਲ ਦਾ ਕੰਮ ਕਰਵਾਇਆ ਜਿਹੜਾ ਕਿ ਬਹੁਤ ਹੀ ਵਧੀਆ ਕੰਮ ਹੈ ਅਤੇ ਉਹਦੀ ਬਿਲਡਿੰਗ ਬਣਵਾ ਰਹੇ ਨੇ ਅਤੇ ਉਹਦਾ ਫਰਨੀਚਰ ਵੀ ਜਿਹੜਾ ਹੈ ਉਹਨੂੰ ਜਾਂਦਾ ਹੈ ਉਸ ਤੋਂ ਬਾਅਦ ਰੰਧਾਵਾ ਸਾਹਿਬ ਨੂੰ ਜਾਂਦਾ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਾਂਟ ਦਿੱਤੀ ਅਤੇ ਇੰਨਾ ਹੀ ਕਹਿੰਦਾ ਆ ਮੈਂ ਗੁਰਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਜੇਕਰ ਮੇਰੇ ਕੋਈ ਗਲਤੀ ਹੋ ਗਈ ਹੋਵੇ ਬੋਲਣ 'ਚ ਤਾਂ ਮੈਨੂੰ ਮਾਫ਼ ਕਰਨਾ ਅਤੇ ਮੈਂ ਕੈਮਰਾ ਅਸੀਂ ਪਿੰਡ ਮਹਿਤਾ ਜਿਹੜਾ ਕਿ ਸਰਕਾਰ ਅੱਗੇ ਜ਼ਰੂਰ ਆਪਣਾ ਦਰਖਾਸਤ ਕਰਾਂਗਾ ਕਿ ਇਹ ਪਿੰਡ ਨੂੰ ਨੰਬਰ 1 ਵਿੱਚ ਜ਼ਰੂਰ ਲਿਆਂਦਾ ਜਾਵੇ ਅਤੇ ਇਹ ਪਿੰਡ ਦੀ ਆਣ ਕੇ ਅਤੇ ਸਰਵੇ ਜ਼ਰੂਰ ਕੀਤਾ ਜਾਵੇ ਕਿ ਵਾਕਿਆ ਕੀ ਹੈ ਧੰਨਵਾਦ।